मैम तुसी कोई इदां दी मिथ अपने बारे सुनी है इंडस्ट्री दे लोकां तों जो तुहानू भी सुन के हैरानी हुंदी होवे या कोई अफवाह सुनी होवे? अफवाह तां बहुत सुनदे ही रहने आ। आई थिंक अनएक्सपेक्टेड सी या बिल्कुल एक्सपेक्टेड या एक किसी ने मेरे बिहाफ ते इंटरव्यू देती सी कि वो बेचारी नु डिप्रेशन हो गया ये वो है ना, याद है? ये नहीं वो होर सी, वो कुछ होर सी, बट यह सी एंड देन बहुत वायरल हो गई सी वीडियो एंड देन फिर मैनू लोग दिलासा दे रहे सी मैसेजेस कर करके कि वो डिप्रेशन च नहीं जाना ये वो ये वो। मैनू थोड़ा जहा गुस्सा इस चीज़ का सी उस पॉइंट ते कि डिप्रेशन तो टच वुड एंड रब करे कि इदा ही रही, मेरे कदे नेड़े तेड़े भी नहीं लंघी एंड जिन्हां लई ये डिप्रेशन सीरियस इशू है मजाक थोड़ी है ना किसी को बस उठ के कह देना कि डिप्रेशन है या तो सहारा लेना या फिर किसी को कह देना जस्ट बिकॉज वह सोशल मीडिया से घट एक्टिव ने कि डिप्रेशन है तो करके वो सोशल मीडिया से नहीं होंगे या वगैरह वगैरह। सो वह सब तो फनी भी सी तो मैं गुस्सा भी सी तो मैं उन्होंने मैसेज पहली बार किसी ने मैसेज किया लॉज लाइक साले तू पागल है तू की जानता तो मैं कद मिले भी नहीं है। मैं आप जानते नहीं सी एक दूजे को, मैं तेरी सपोर्ट च बहुत वड्डी पोस्ट पाई सी ते तू देखी नहीं सी ओह। हाँ हुण नहीं मैं पाउंदा तेरी कोई पोस्ट बड्डी स्टार ओ सब तो स्टूपिड एंड फनी एंड आल्सो ऑफेंसिव आई थिंक सी मेरे अफवाह। चलो थोड़ा ताकड़ अंदाज पता लग गया, कोई पंगे नहीं लेगा थोड़े ना ले ही जान मैनू की फर्क पड़ता है, इट्स ओके। ਹਾਂਜੀ ਮੈਮ ਤੁਸੀਂ ਕੋਈ ਇੱਦਾਂ ਦੀ ਮਿਥ ਆਪਣੇ ਬਾਰੇ ਸੁਣੀ ਹੈ ਇੰਡਸਟਰੀ ਦੇ ਲੋਕਾਂ ਤੋਂ ਜੋ ਤੁਹਾਨੂੰ ਵੀ ਸੁਣ ਕੇ ਹੈਰਾਨੀ ਹੁੰਦੀ ਹੋਵੇ ਜਾਂ ਕੋਈ ਅਫਵਾਹ ਸੁਣੀ ਹੋਵੇ? ਅਫਵਾਹ ਤਾਂ ਬਹੁਤ ਸੁਣਦੇ ਹੀ ਰਹਿੰਦੇ ਹਾਂ। ਆਈ ਥਿੰਕ ਅਨਐਕਸਪੈਕਟਿਡ ਸੀ ਜਾਂ ਬਿਲਕੁਲ ਐਕਸਪੈਕਟਿਡ ਜਾਂ ਇੱਕ ਕਿਸੇ ਨੇ ਮੇਰੇ ਬਿਹਾਫ 'ਤੇ ਇੰਟਰਵਿਊ ਦਿੱਤੀ ਸੀ ਕਿ ਉਹ ਵਿਚਾਰੀ ਨੂੰ ਡਿਪਰੈਸ਼ਨ ਹੋ ਗਿਆ ਇਹ ਵੋ ਹੈ ਨਾ, ਯਾਦ ਹੈ? ਨਹੀਂ ਉਹ ਹੋਰ ਸੀ, ਉਹ ਕੁਛ ਹੋਰ ਸੀ, ਬਟ ਇਹ ਸੀਗੀ ਐਂਡ ਦੈਨ ਉਹ ਬਹੁਤ ਵਾਇਰਲ ਹੋ ਗਈ ਸੀ ਵੀਡੀਓ ਐਂਡ ਦੈਨ ਫਿਰ ਮੈਨੂੰ ਲੋਕ ਦਿਲਾਸਾ ਦੇ ਰਹੇ ਸੀ ਮੈਸੇਜਸ ਕਰ ਕਰਕੇ ਕਿ ਉਹ ਡਿਪਰੈਸ਼ਨ 'ਚ ਨਹੀਂ ਜਾਣਾ ਇਹ ਵੋ। ਮੈਨੂੰ ਥੋੜ੍ਹਾ ਜਿਹਾ ਗੁੱਸਾ ਇਸ ਚੀਜ਼ ਦਾ ਸੀ ਉਸ ਪੁਆਇੰਟ 'ਤੇ ਕਿ ਡਿਪਰੈਸ਼ਨ ਤਾਂ ਟੱਚ ਵੁੱਡ ਐਂਡ ਰੱਬ ਕਰੇ ਕਿ ਇੱਦਾਂ ਹੀ ਰਹੀ, ਮੇਰੇ ਕਦੇ ਨੇੜੇ ਤੇੜੇ ਵੀ ਨਹੀਂ ਲੰਘੀ ਐਂਡ ਜਿਨ੍ਹਾਂ ਲਈ ਇਹ ਡਿਪਰੈਸ਼ਨ ਸੀਰੀਅਸ ਇਸ਼ੂ ਹੈ ਮਜ਼ਾਕ ਥੋੜ੍ਹੀ ਹੈ ਨਾ ਕਿਸੇ ਨੂੰ ਬਸ ਉੱਠ ਕੇ ਕਹਿ ਦੇਣਾ ਕਿ ਡਿਪਰੈਸ਼ਨ ਹੈ ਜਾਂ ਤਾਂ ਸਹਾਰਾ ਲੈਣਾ ਜਾਂ ਫਿਰ ਕਿਸੇ ਨੂੰ ਕਹਿ ਦੇਣਾ ਜਸਟ ਬਿਕੋਜ਼ ਉਹ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਨੇ ਕਿ ਇਹਨੂੰ ਡਿਪਰੈਸ਼ਨ ਹੈ ਤਾਂ ਕਰਕੇ ਉਹ ਸੋਸ਼ਲ ਮੀਡੀਆ 'ਤੇ ਨਹੀਂ ਹੁੰਦੇ ਜਾਂ ਵਗੈਰਾ ਵਗੈਰਾ। ਸੋ ਉਹ ਸਭ ਤੋਂ ਫਨੀ ਵੀ ਸੀ ਤਾਂ ਮੈਨੂੰ ਗੁੱਸਾ ਵੀ ਸੀ ਤਾਂ ਮੈਂ ਉਹਨੂੰ ਮੈਸੇਜ ਪਹਿਲੀ ਵਾਰ ਕਿਸੇ ਨੂੰ ਮੈਸੇਜ ਕੀਤਾ ਲਾਈਕ ਸਾਲਿਆ ਤੂੰ ਪਾਗਲ ਕਿ ਤੂੰ ਕੀ ਜਾਣਦਾ ਤਾਂ ਮੈਨੂੰ ਕਦੇ ਮਿਲਿਆ ਵੀ ਨਹੀਂ ਹੈਗਾ। ਮੈਂ ਆਪਾਂ ਜਾਣਦੇ ਨਹੀਂ ਸੀ ਉਦੋਂ ਇੱਕ ਦੂਜੇ ਨੂੰ, ਮੈਂ ਤੇਰੀ ਸਪੋਰਟ 'ਚ ਬਹੁਤ ਵੱਡੀ ਪੋਸਟ ਪਾਈ ਸੀ ਅਤੇ ਤੂੰ ਦੇਖੀ ਨਹੀਂ ਸੀ ਉਹ। ਹਾਂ ਹੁਣ ਨਹੀਂ ਮੈਂ ਪਾਉਂਦਾ ਤੇਰੀ ਕੋਈ ਪੋਸਟ ਵੱਡੀ ਸਟਾਰ ਉਹ ਸਭ ਤੋਂ ਸਟੂਪਿਡ ਐਂਡ ਫਨੀ ਐਂਡ ਆਲਸੋ ਅਫੈਂਸਿਵ ਆਈ ਥਿੰਕ ਸੀ ਮੇਰੇ ਅਫਵਾਹ। ਚਲੋ ਤੁਹਾਡਾ ਤਾਕੜ ਅੰਦਾਜ਼ ਪਤਾ ਲੱਗ ਗਿਆ, ਕੋਈ ਪੰਗੇ ਨਹੀਂ ਲਊਗਾ ਤੁਹਾਡੇ ਨਾਲ ਲੈ ਹੀ ਜਾਣ ਮੈਨੂੰ ਕੀ ਫਰਕ ਪੈਂਦਾ, ਇਟਸ ਓਕੇ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।